कौन? ਦਰਅਸਲ ਦਾਦੀ ਆਪਣੀ ਪੋਤੀ ਨੂੰ ਜਦ ਸਕੂਲ ਲੈਣ ਜਾਂਦੀ ਹੈ, ਸਕੂਲ ਲੈ ਕੇ ਜਦ ਘਰ ਵਾਪਸ ਪਰਤੀ ਤਾਂ ਉਸਦਾ ਪਿੱਛਾ ਦੋ ਲੁਟੇਰੇ ਕਰ ਰਹੀ ਸੀ। ਪਰ ਇਸ ਔਰਤ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਸਦਾ ਪਿੱਛਾ ਦੋ ਲੁਟੇਰੇ ਕਰ ਰਹੇ ਨੇ। ਜਿਵੇਂ ਹੀ ਇਹ ਘਰ ਦੇ ਬਾਹਰ ਪਹੁੰਚਦੀ ਹੈ, ਇਸ ਦੀ ਐਕਟਿਵਾ ਰੁਕਦੀ ਹੈ, ਨਾਲ ਦੀ ਨਾਲ ਦੋ ਲੁਟੇਰਿਆਂ ਦੇ ਵਿੱਚੋਂ ਮੋਟਰਸਾਈਕਲ ਤੋਂ ਇੱਕ ਲੁਟੇਰਾ ਉੱਤਰ ਕੇ ਆਉਂਦਾ ਹੈ ਅਤੇ ਇਸ ਮਹਿਲਾ ਦੇ ਗਲੇ ਦੇ ਵਿੱਚ ਪਈ ਹੋਈ ਚੇਨ ਖੋ ਕੇ ਲੈ ਜਾਂਦਾ ਹੈ, ਜਿਸ ਤੋਂ ਬਾਅਦ ਮਹਿਲਾ ਅਤੇ ਉਸਦੀ ਪੋਤੀ, ਦਾਦੀ ਅਤੇ ਪੋਤੀ ਦੋਵੇਂ ਚੀਕਾਂ ਮਾਰਦੀਆਂ ਰਹਿ ਜਾਂਦੀਆਂ ਨੇ। ਮੁਹੱਲੇ ਵਾਲੇ ਲੋਕ ਬਾਹਰ ਆਉਂਦੇ ਨੇ, ਜਿਹੜੇ ਘਰ ਦੇ ਬਾਹਰ ਐਕਟਿਵਾ ਰੁਕੀ ਹੈ ਉਸ ਘਰ ਦੇ ਵਿੱਚੋਂ ਇੱਕ ਸ਼ਖਸ ਨਿਕਲ ਕੇ ਆਉਂਦਾ ਹੈ, ਜਿਹੜਾ ਕਿ ਇਸ ਔਰਤ ਦਾ ਮੁੰਡਾ ਦੱਸਿਆ ਜਾ ਰਿਹਾ। ਉਹ ਭੱਜਦਾ ਹੈ, ਪਿੱਛਾ ਵੀ ਕਰਦਾ ਉਹਨਾਂ ਲੁਟੇਰਿਆਂ ਦਾ, ਪਰ ਲੁਟੇਰੇ ਗਾਇਬ ਹੋ ਜਾਂਦੇ ਨੇ। ਪਰ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ। ਦੁਪਹਿਰ ਦੇ ਵੇਲੇ ਜਦ ਇੱਕ ਦਾਦੀ ਆਪਣੀ ਪੋਤੀ ਨੂੰ ਸਕੂਲੋਂ ਲੈਣ ਗਈ, ਖੁਸ਼ੀ ਖੁਸ਼ੀ ਦੋਨੋਂ ਆਪਣੇ ਘਰ ਵਾਪਸ ਪਰਤੇ, ਗਰਮੀ ਦਾ ਵੇਲਾ ਸੀ। ਜਿਵੇਂ ਹੀ ਘਰ ਦੇ ਬਾਹਰ ਪਹੁੰਚੇ ਆ, ਗੇਟ ਖੋਲ੍ਹਣ ਹੀ ਲੱਗੇ ਸੀ ਕਿ ਦੋ ਲੁਟੇਰੇ ਉਹਨਾਂ 'ਤੇ ਟੁੱਟ ਕੇ ਪੈ ਗਏ। ਇੱਕ ਤਾਂ ਮੋਟਰਸਾਈਕਲ 'ਤੇ ਹੀ ਬੈਠਾ ਰਿਹਾ, ਜਿਸਨੇ ਮੂੰਹ ਸਿਰ ਟੱਕਿਆ ਹੋਇਆ ਏ। ਦੇਖ ਸਕਦੇ ਹੋ ਤਸਵੀਰਾਂ, ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਬੇਹੱਦ ਵਾਇਰਲ ਹੋ ਰਹੀਆਂ ਨੇ ਤਸਵੀਰਾਂ, ਕਿਉਂਕਿ ਚੋਣ ਜ਼ਾਬਤਾ ਲੱਗਿਆ ਹੋਇਆ ਏ। ਵੱਖ ਵੱਖ ਥਾਵਾਂ 'ਤੇ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਨੇ, ਲੋਕਾਂ ਨੂੰ ਭਰੋਸਾ ਦਿਵਾਇਆ ਜਾ ਰਿਹਾ ਏ ਕਿ ਸੁਰੱਖਿਅਤ ਤੋਂ ਤੁਸੀਂ, ਤੁਹਾਡੇ 'ਤੇ ਕੋਈ ਵੀ ਆਂਚ ਨਹੀਂ ਆਵੇਗੀ। ਪਰ ਜੇ ਕੱਲ੍ਹ ਦੂਜੇ ਪਾਸੇ ਦੀ ਕਰੀਏ ਤਾਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਵੇਂ ਦਿਨ ਦਿਹਾੜੇ ਪੌਸ਼ ਇਲਾਕੇ ਦੇ ਵਿੱਚ ਲੁੱਟ ਹੋਣ ਲੱਗ ਗਈ ਹੈ। ਕੋਠੀਆਂ ਵਾਲਾ ਇਲਾਕਾ ਇਹ ਕਾਫੀ ਅੱਛਾ ਅਤੇ ਪੌਸ਼ ਇਲਾਕਾ ਮੰਨਿਆ ਜਾਂਦਾ ਹੈ, ਜਿੱਥੇ ਮਹਿਲਾ ਰਹਿੰਦੀ ਸੀ ਆਪਣੀ ਪੋਤੀ ਨੂੰ ਸਕੂਲੋਂ ਲੈ ਕੇ ਘਰ ਵਾਪਸ ਪਰਤੀ, ਤਾਂ ਇਸ ਦੇ ਨਾਲ ਇਹ ਭਾਣਾ ਵਰਤ ਗਿਆ। ਮਹਿਲਾ ਅਤੇ ਪੋਤੀ ਸਕੂਟੀ ਸਮੇਤ ਜ਼ਮੀਨ 'ਤੇ ਡਿੱਗ ਜਾਂਦੀਆਂ ਨੇ ਜਦੋਂ ਲੁਟੇਰਾ ਚੇਨ ਖੋ ਕੇ ਭੱਜਦਾ ਹੈ। ਮਗਰ ਉਸਦਾ ਮੁੰਡਾ ਵੀ ਜਾਂਦਾ ਹੈ, ਪਰ ਲੁਟੇਰੇ ਭੱਜਣ ਦੇ ਵਿੱਚ ਕਾਮਯਾਬ ਰਹਿੰਦੇ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮੋਹਾਲੀ ਦੀਆਂ, ਜਿੱਥੇ ਮੋਹਾਲੀ ਸੈਕਟਰ 78 ਦੇ ਵਿੱਚ ਲੁੱਟ ਹੋਈ ਹੈ। ਦੱਸ ਦਈਏ ਕਿ ਪੌਸ਼ ਇਲਾਕਾ ਹੈ ਜਿਹੜਾ ਕਿ ਹੁਣ ਸੁਰੱਖਿਅਤ ਨਹੀਂ ਰਿਹਾ। ਸੈਕਟਰ 78 ਦੇ ਵਿੱਚ ਇੱਕ ਘਰ ਦੇ ਬਾਹਰੋਂ ਲੁਟੇਰੇ ਦਿਨ ਦਿਹਾੜੇ ਲੁੱਟ ਲੈ ਗਏ ਨੇ ਸੋਨੇ ਦੀ ਚੇਨ। ਦਾਦੀ ਆਪਣੀ ਪੋਤੀ ਨੂੰ ਸਕੂਲੋਂ ਲੈ ਕੇ ਘਰ ਪਰਤੀ ਸੀ, ਤਾਂ ਦੇਖ ਸਕਦੇ ਹੋ ਹਾਲਾਤ ਕਿਹੋ ਜਿਹੇ ਹੋ ਗਏ ਨੇ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵੀ ਪੁਲਿਸ ਦਾ ਪਹਿਰਾ ਨਹੀਂ ਹੈ। ਇਹ ਦੋਨੇ ਜਿਹੜੇ ਲੁਟੇਰੇ ਨੇ, ਇਹਨਾਂ ਦੀ ਨੰਬਰ ਵੀ ਪਲੇਟ ਹੈ ਜਿਹੜੀ ਉਹ ਲੁਕੀ ਹੋਈ ਹੈ, ਇਹ ਮੋਟਰਸਾਈਕਲ 'ਤੇ ਆਉਂਦੇ ਨੇ। ਜਿਸ ਔਰਤ ਦਾ ਘਰ ਸੀ ਉਸ ਔਰਤ ਦੇ ਘਰ 'ਤੇ ਕੈਮਰਾ ਵੀ ਲੱਗਿਆ ਸੀ, ਤਾਂ ਕਰਕੇ ਸਾਰੀ ਵਾਰਦਾਤ ਕੈਦ ਹੋ ਗਈ ਹੈ। ਅਤੇ ਮੌਕੇ 'ਤੇ ਜਿਹੜੀਆਂ ਚੀਕਾਂ ਦਾਦੀ ਅਤੇ ਪੋਤੀ ਦੇ ਵੱਲੋਂ ਮਦਦ ਦੇ ਲਈ ਮਾਰੀਆਂ ਗਈਆਂ, ਉਹ ਵੀ ਸਾਰਾ ਕੁਝ ਕੈਦ ਹੋ ਗਿਆ ਹੈ। ਤਾਂ ਧਿਆਨ ਨਾਲ ਦੇਖੋ ਇਹ ਤਸਵੀਰਾਂ ਜਦੋਂ ਮੋਹਾਲੀ ਦੇ ਸੈਕਟਰ 78 ਤੋਂ ਸਾਹਮਣੇ ਆ ਰਹੀ।